ਦੋਸਤੋ ਹੰਡਾਈ ਵੱਲੋਂ ਆਇਓਨਿਕ 5 ਬੈਟਰੀ ਨਾਲ ਚੱਲਣ ਵਾਲੀ ਕਾਰ ਲਾਂਚ ਕੀਤੀ ਗਈ ਇਸ ਕਾਰ ਦੇ ਵਿੱਚ ਬਹੁਤ ਹੀ ਨੈਕਸਟ ਲੈਵਲ ਦੇ ਫੀਚਰ ਹੰਡਾਈ ਵੱਲੋਂ ਦਿੱਤੇ ਗਏ ਨੇ ਅਡਾਸ ਲੈਵਲ 2 ਇਹਦੇ ਵਿੱਚ ਦਿੱਤਾ ਗਿਆ ਹੰਡਾਈ ਵੱਲੋਂ ਔਰ ਦੋਸਤੋ ਖਾਸ ਗੱਲ ਹੈ ਵਾ ਕਿ ਇਹ ਆਇਓਨਿਕ 5 631 ਕਿਲੋਮੀਟਰ ਰੇਂਜ ਕਵਰ ਕਰਦੀ ਹੈ ਇੱਕ ਚਾਰਜ ਨਾਲ ਤੇ 210 ਹਸਪਾਵਰ ਦਿੰਦੀ ਹੈ ਤੇ ਇਹਦੀ ਕੀਮਤ ਜਿਹੜੀ ਹੈ ਉਹ 44.95 ਲੱਖ ਯਾਨੀ ਕਿ 45 ਲੱਖ ਰੁਪਿਆ ਇਹਦੀ ਕੀਮਤ ਲਾਂਚ ਕੀਤੀ ਗਈ ਆ ਔਰ ਦੋਸਤੋ ਮੈਂ ਕੱਲੀ ਕੱਲੀ ਡਿਟੇਲ ਇਸ ਗੱਡੀ ਬਾਰੇ ਦੱਸਦਾ ਤੁਹਾਨੂੰ ਆਇਓਨਿਕ 5 ਨੂੰ ਲਾਂਚ ਕਰਨ ਲਈ ਸ਼ਾਹਰੂਖ ਖਾਨ ਖੁਦ ਆਇਆ ਹੀਗਾ ਆਇਓਨਿਕ 5 ਦੀ ਲੈਂਥ ਦੀ ਜੇ ਗੱਲ ਕਰ ਲਈਏ ਤੇ 4.6 ਮੀਟਰ ਦੀ ਲੈਂਥ ਆ ਲੈਂਥ ਲੰਬੀ ਹੋਣ ਕਾਰਨ ਸਪੇਸ ਅੰਦਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਿਛਲੀਆਂ ਸੀਟਾਂ ਚ ਵੀ ਲੈਗ ਸਪੇਸ ਬੜੀ ਜ਼ਿਆਦਾ ਉਸ ਤੋਂ ਬਾਅਦ ਇਹਦੇ wheel ਬੜੇ ਕਮਾਲ ਦਾ size ਦਿੱਤਾ ਗਿਆ wheel 255 45 ਤੇ 20 20 ਇੰਚ ਦੇ ਅਲਾਈ wheel ਇਹਨੂੰ ਦਿੱਤੇ ਗਏ ਆ ਔਰ ਫਰੰਟ ਔਰ ਰੀਅਰ ਦੋਨੇ disc brakeਾਂ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਫਲਸ਼ ਡੋਰ ਹੈਂਡਲ ਦਾ ਉਹ ਵੀ ਇਹਦੇ 'ਚ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤੇ ਪੈਨਾਰੋਮਿਕ ਸਨਰੂਫ ਦਿੱਤਾ ਗਿਆ ਪਰ ਦੋਸਤੋ ਸਨਰੂਫ ਜਿਹੜਾ ਉਹ ਸਨਰੂਫ ਖੁੱਲਦਾ ਨਹੀਂ ਉਹ ਸਿਰਫ ਬਲਾਈਂਡਸ ਨੇ ਮਤਲਬ ਅੰਦਰੋਂ ਪੜਦਾ ਜਿਆ ਹੀ ਖੁੱਲਦਾ ਰੂਫ ਸਾਰਾ ਇਹਦਾ ਗਲਾਸ ਦਾ ਗਲਾਸ ਫਿਨਿਸ਼ਿੰਗ ਹੈ ਬਹੁਤ ਸੋਹਣਾ ਲੱਗਦਾ ਹੈ ਅੰਦਰੋਂ ਜਦੋਂ ਖੁੱਲਦਾ ਹੈ ਤੇ ਇੱਕ ਵੱਖਰੀ ਡਿਫਰੈਂਟ ਲੁੱਕ ਆਉਂਦੀ ਹੈ ਰੀਅਰ ਲਾਈਟਾਂ ਜਿਹੜੀਆਂ ਇੱਕ ਦੀਆਂ ਪਿਕਸਲ ਸਟਾਈਲ ਦੇ ਵਿੱਚ ਦਿੱਤੀਆਂ ਗਈਆਂ ਉਹ ਬਹੁਤ ਇੱਕ ਯੂਨੀਕ ਡਿਜ਼ਾਈਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਜੇ ਬੂਟ ਸਪੇਸ ਦੀ ਗੱਲ ਕਰ ਲਈਏ ਤਾਂ ਦੋਸਤੋ 571 ਲੀਟਰ ਦੀ ਬੂਟ ਸਪੇਸ ਆ ਤੇ ਇੰਟੀਰੀਅਰ ਦੇ ਵਿੱਚ 12.5 ਇੰਚ ਦਾ ਟੱਚ ਸਕਰੀਨ ਆਟੋ ਕਾਰਪਲੇ ਸਿਸਟਮ ਦਿੱਤਾ ਗਿਆ ਉਸ ਤੋਂ ਬਾਅਦ ਇਨਸਟਰੂਮੈਂਟ ਕਲਸਟਰ ਜਿਹੜਾ ਉਹ ਵੀ 12.5 ਇੰਚ ਦਾ ਦਿੱਤਾ ਗਿਆ ਕੰਪਨੀ ਵੱਲੋਂ ਜਿਹੜੀ ਇੱਕ ਚਾਰਜ ਨਾਲ ਚੱਲਣ ਦੀ ਕਿਲੋਮੀਟਰ ਰੇਂਜ ਆ ਉਹ 631 ਦਸੀ ਗਈ ਹੈ ਕਲੇਮਡ ਕਰ ਰਹੀ ਹੈ ਕੰਪਨੀ 631 ਪਰ ਐਕਚੁਅਲ ਦੇ ਵਿੱਚ ਜੋ ਦੱਸਿਆ ਜਾ ਰਿਹਾ ਕਿ 550 ਕਿਲੋਮੀਟਰ ਦੇ ਆਸ-ਪਾਸ ਹੈ ਚੱਲੂਗੀ 550 550 570 ਉਹ ਤੁਹਾਡੇ ਚਲਾਉਣ ਤੇ ਬੜਾ ਜ਼ਿਆਦਾ ਡਿਪੈਂਡ ਕਰਦਾ ਹੈ ਦੋਸਤੋ EV ਕਾਰਾਂ ਦੇ ਵਿੱਚ ਸਾਡੀ ਡਰਾਈਵਿੰਗ ਕਰਨ ਦਾ ਤਰੀਕਾ ਜਿਹੜਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਜਿਵੇਂ ਕਿ ਆਪਾਂ ਕਿਸੇ ਜਗ੍ਹਾ ਤੇ ਜਾ ਰਹੇ ਹਾਂ ਤੇ ਜਦੋਂ ਆਪਾਂ ਇਹਦੀ ਐਕਸੀਲੇਟਰ ਦਿੰਨੇ ਆ ਤੇ ਇੱਕ ਵਾਰੀ ਜਦੋਂ ਗੱਡੀ ਚੱਲ ਜਾਂਦੀ ਹੈ ਫਿਰ ਉਸ ਤੋਂ ਬਾਅਦ ਜੇ ਮੰਨ ਲਓ ਢਲਾਨ ਆਉਂਦੀ ਹੈ ਥੱਲੇ ਨੂੰ ਤੇ ਜਦੋਂ ਆਪਾਂ ਇਹਦਾ ਐਕਸੀਲੇਟਰ ਛੱਡਦੇ ਆ ਉਦੋਂ ਇਹ ਗੱਡੀ ਚਾਰਜ ਹੋਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਮਤਲਬ ਆਪਣੇ ਆਪ ਸੈਲਫ ਚਾਰਜ ਸਿਸਟਮ ਵੀ ਇਹਦੇ ਵਿੱਚ ਲੱਗਿਆ ਹੁੰਦਾ ਇਸ ਕਰਕੇ ਜਿਹੜੀ ਰੇਂਜ ਹੁੰਦੀ ਹੈ ਉਹ ਵੱਧ ਘੱਟ ਇਹਦੀ ਹਮੇਸ਼ਾ ਹੁੰਦੀ ਰਹਿੰਦੀ ਹੈ ਜੇ ਕੰਪਨੀ 300 631 ਕਹਿ ਰਹੀ ਆ ਤੇ ਉਹ 500 550 ਤੇ ਜਾਂ 600 ਤੋਂ ਵੱਧ ਵੀ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਇਹਦਾ ਚਾਰਜਿੰਗ ਟਾਈਮ ਆ ਇਹ ਕੰਪਨੀ ਵੱਲੋਂ ਬੜਾ ਖਾਸ ਜਿਹਾ ਦਿੱਤੀ ਗਈ ਆ 10 ਤੋਂ ਲੈ ਕੇ 18 ਮਿੰਟਾਂ ਦੇ ਵਿੱਚ 0 ਤੋਂ 80% ਚਾਰਜ ਹੋ ਜਾਏਗੀ ਫਾਸਟ ਚਾਰਜਰ ਦੇ ਨਾਲ ਤੇ ਜੇ ਆਪਾਂ ਘਰ ਵਾਲੇ ਚਾਰਜਰ ਤੇ ਲਾਵਾਂਗੇ ਤੇ ਉਹ 6 ਘੰਟੇ ਲਾਊਗੀ 0 ਤੋਂ 80% ਚਾਰਜ ਹੋਣ ਲਈ ਦੋਸਤੋ ਇਹ ਚੀਜ਼ ਹੁੰਡਾਈ ਵੱਲੋਂ ਖਾਸ ਦਿੱਤੀ ਗਈ ਆ ਕਿਉਂਕਿ ਕਾਰਾਂ ਜਿਹੜੀਆਂ ਉਹ ਤਕਰੀਬਨ ਫਾਸਟ ਚਾਰਜਰ ਦੇ ਵਿੱਚ ਵੀ 1 ਘੰਟਾ ਲਾ ਰਹੀਆਂ ਚਾਰਜ ਹੋਣ ਲਈ ਔਰ ਇਹ 10 ਤੋਂ 20 18 20 ਮਿੰਟ ਵੀ ਕੁਝ ਵੀ ਨਹੀਂ ਹੁੰਦੇ ਚਾਰਜ ਕਰਨ ਲਈ ਆਪਾਂ ਕਿਸੇ ਵੀ ਪੈਟਰੋਲ ਪੰਪ ਤੇ ਰੁਕ ਕੇ ਇਹਨੂੰ ਗੱਡੀ ਨੂੰ ਚਾਰਜ ਕਰ ਸਕਦੇ ਆ ਔਰ ਅਗਲੀ ਗੱਲ ਜਿਹੜੀ ਚਾਰਜਿੰਗ ਸਟੇਸ਼ਨਾਂ ਦੀ ਹੈ ਦੋਸਤੋ ਇੰਡੀਆ ਦੇ ਵਿੱਚ ਚਾਰਜਿੰਗ ਸਟੇਸ਼ਨ ਤੇ ਬਹੁਤ ਜ਼ਿਆਦਾ ਲੱਗ ਰਿਹਾ ਤਕਰੀਬਨ ਕੰਪਨੀਆਂ ਹਰ ਪੈਟਰੋਲ ਪੰਪ ਦੇ ਵਿੱਚ ਚਾਰਜਿੰਗ ਸਟੇਸ਼ਨ ਲਾ ਰਹੀਆਂ ਚੰਡੀਗੜ੍ਹ ਦੇ ਵਿੱਚ ਸਾਰਿਆਂ ਪਾਰਕਾਂ ਦੇ ਵਿੱਚ ਸਟੇਸ਼ਨ ਲੱਗੇ ਆ ਔਰ ਹੋਰ ਵੀ ਲੋਕ ਆਪਣੀਆਂ ਦੁਕਾਨਾਂ ਦੇ ਬਾਹਰ ਵੀ ਚਾਰਜਿੰਗ ਸਟੇਸ਼ਨ ਲਾ ਰਹੇ ਆ ਔਰ ਆਉਂਦੇ ਸਮੇਂ ਚ ਚਾਰਜਿੰਗ ਵਾਲੀ ਤਾਂ ਦੋਸਤੋ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਈਵੀ ਕਾਰਾਂ ਦੇ ਵਿੱਚ ਔਰ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਸਾਰੀਆਂ ਕੰਪਨੀਆਂ ਈਵੀ ਕਾਰਾਂ ਹੀ ਲਾਂਚ ਕਰ ਰਹੀਆਂ ਟਾਟਾ ਹੁੰਡਾਈ ਮਰੂਤੀ ਸੁਜ਼ੂਕੀ ਕੀਆ ਹਰੇਕ ਬ੍ਰਾਂਡ ਦਾ ਧਿਆਨ ਸਿਰਫ ਔਰ ਸਿਰਫ ਈਵੀ ਵੈਲਰ ਇਹ ਤੋਂ ਤੱਕ ਕਿ ਟੋਇਟਾ ਵੀ ਆਪਣੀਆਂ ਈਵੀ ਕਾਰਾਂ ਬਹੁਤ ਜਲਦ ਲਾਂਚ ਕਰ ਰਹੀ ਹੈ ਔਰ ਦੋਸਤੋ ਇਹ ਕਾਰ ਮਾਰਕੀਟ ਦੇ ਵਿੱਚ ਲਾਂਚ ਹੋ ਚੁੱਕੀ ਆ ਤੁਸੀਂ ਅੱਜ ਹੀ ਜਾ ਕੇ ਆਪਣੀ ਬੁਕਿੰਗ ਕਰਾ ਸਕਦੇ ਹੋ ਰੇਟ ਇਹਦਾ 45 ਲੱਖ ਰੁਪਿਆ ਮੇਰੇ ਹਿਸਾਬ ਨਾਲ ਠੀਕ ਹੈ ਵੈਲਿਊ ਫॉर ਮਨੀ ਆ ਕਿਉਂਕਿ EV ਕਾਰਾਂ ਜਿਹੜੀਆਂ ਆ ਰਹੀਆਂ ਸਾਰਿਆਂ ਦੇ ਰੇਟ ਬਹੁਤ ਜ਼ਿਆਦਾ ਜਿੱਦਾਂ BYD ਦੀ ਕਾਰ ਆਪਾਂ ਪਿੱਛੇ ਤੁਹਾਨੂੰ ਦਿਖਾਈ ਸੀ ਉਹ ਵੀ ਤਕਰੀਬਨ 34-35 ਲੱਖ ਰੁਪਏ ਦੇ ਵਿੱਚ ਪੈ ਰਹੀ ਸੀ BYD ਇੱਕ ਨਵੀਂ ਕੰਪਨੀ ਆ ਉਹਦੇ ਤੇ 34-35 ਲੱਖ ਰੁਪਿਆ ਖਰਚਣਾ ਥੋੜਾ ਜਿਹਾ ਡਰ ਲੱਗਦਾ ਵਾ ਕਿ ਕੰਪਨੀ ਦੇ ਆਫਟਰ ਸੇਲ ਸਰਵਿਸ ਕਿੱਦਾਂ ਦੀ ਹੋਏਗੀ ਪਰ ਹੁੰਡਾਈ ਇੱਕ ਜਾਣੀ ਪਛਾਣੀ ਕੰਪਨੀ ਆ ਪਿਛਲੇ ਲੰਬੇ ਸਾਲ ਤੋਂ ਇੰਡੀਆ ਦੇ ਵਿੱਚ ਕੰਮ ਕਰ ਰਹੀ ਆ ਇਸ ਕਰਕੇ ਇਹਦੇ ਤੇ ਲੋਕਾਂ ਨੇ 45 ਲੱਖ 50 ਲੱਖ ਰੁਪਏ ਖਰਚਣ ਤੋਂ ਵੀ ਦੇਰ ਨਹੀਂ ਲਾਉਣੀ